ਬਰਨਾਲਾ ਦੀ ਕਸਬਾ ਧਨੌਲਾ ਤੋਂ ਅਜਿਹਾ ਇੱਕ ਮਿਲਦਾ ਜੁਲਦਾ ਮਾਮਲਾ ਸਾਹਮਣੇ ਆਇਆ ਜੋ ਕਿ ਬੀਤੇ ਦਿਨ ਇੱਥੇ ਲਵਪ੍ਰੀਤ ਦਾ ਮਾਮਲਾ ਸੀ। ਜਿਵੇਂ ਕਿ ਉਸਦੀ ਪਤਨੀ ਵਿਦੇਸ਼ ਦੇ ਵਿੱਚ ਚਲੀ ਗਈ ਸੀ ਅਤੇ ਬਾਅਦ ਦੇ ਵਿੱਚ ਉਸਨੇ ਪਰਿਵਾਰ ਦੀ ਸਾਰ ਨਹੀਂ ਲਈ ਜਿਸ ਦੇ ਚਲਦੇ ਲਵਪ੍ਰੀਤ ਦੀ ਜਾਨ ਗਈ ਸੀ। ਇਹੋ ਜਿਹਾ ਹੀ ਮਾਮਲਾ ਬਰਨਾਲਾ ਦੇ ਕਸਬਾ ਧਨੌਲਾ ਦੇ ਜਬੰਦਾ ਪਿੰਡ ਤੋਂ ਸਾਹਮਣੇ ਆ ਰਿਹਾ। ਪਤਾ ਲੱਗਿਆ ਕਿ ਇੱਥੇ ਮ੍ਰਿਤਕ ਗੁਰਪ੍ਰੀਤ ਸਿੰਘ ਜੋ ਕਿ ਆਪਣੀ ਪਤਨੀ ਰਵਨੀਤ ਕੌਰ ਦੇ ਨਾਲ 7 ਸਾਲ ਤੋਂ ਰਹਿ ਰਿਹਾ ਸੀ। ਪੈਸੇ ਦੇ ਲੈਣ ਦੇਣ ਨੂੰ ਲੈ ਕੇ ਆਇਲਸ ਕਰਵਾਉਣ ਦੇ ਬਾਵਜੂਦ ਵਿਦੇਸ਼ ਜਾਣ ਦੇ ਲਈ ਪੈਸੇ ਇਕੱਠੇ ਕਰਨ ਨੂੰ ਲੈ ਕੇ ਪਰਿਵਾਰ ਦੇ ਵਿਚਾਲੇ ਝਗੜਾ ਹੋ ਗਿਆ। ਵਿਆਹ ਤੋਂ ਬਾਅਦ ਉਸਨੇ ਆਪਣੀ ਪਤਨੀ ਨੂੰ ਵਿਦੇਸ਼ ਭੇਜਣ ਦਾ ਸਾਰਾ ਖਰਚਾ ਕੀਤਾ। ਪਤਾ ਲੱਗਿਆ ਕਿ ਆਇਲਸ ਕਰਵਾਏਗੀ ਅਤੇ ਪਰਿਵਾਰ ਉਸਨੂੰ ਵਿਦੇਸ਼ ਭੇਜਣ ਦੇ ਲਈ ਹੁਣ ਪੈਸੇ ਵੀ ਖਰਚ ਕਰ ਰਿਹਾ ਸੀ। ਪਰ ਇਸੇ ਦਰਮਿਆਨ ਹੀ ਪਰਿਵਾਰਾਂ ਦੇ ਵਿੱਚ ਲੜਾਈ ਹੁੰਦੀ ਹੈ। ਮੁੰਡੇ ਵਾਲਿਆਂ ਦਾ ਇਹ ਦੋਸ਼ ਹੈ ਕਿ ਕੁੜੀ ਵਾਲੇ ਕੰਬਾਈਨ ਖਰੀਦ ਚੁੱਕੇ ਨੇ ਜਿਸ ਦੇ ਲਈ ਪੈਸੇ ਉਹਨਾਂ ਤੋਂ ਮੰਗੇ ਜਾ ਰਹੇ ਸਨ। ਪਰਿਵਾਰ ਨੇ ਨੂੰਹ ਨੂੰ ਵਿਦੇਸ਼ ਭੇਜਣ ਦੇ ਲਈ 2 ਏਕੜ ਦੀ ਜ਼ਮੀਨ ਤੱਕ ਵੇਚ ਦਿੱਤੀ ਅਤੇ ਕੁਝ ਸਮਾਂ ਪਹਿਲਾਂ ਹੀ 8 ਲੱਖ ਰੁਪਏ ਵੀ ਖਰਚ ਕੀਤੇ ਨੇ। ਇੰਨਾ ਹੀ ਨਹੀਂ, ਮੁੰਡੇ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਹਨਾਂ ਦਾ ਪੁੱਤ ਗੁਰਪ੍ਰੀਤ ਉਸਦੀ ਪਤਨੀ ਦੇ ਨਾਲ ਖੁਸ਼ ਸੀ, ਹਰ ਇੱਕ ਗੱਲਬਾਤ ਕਰਦਾ ਹੁੰਦਾ ਸੀ ਅਤੇ ਇਸ ਗੱਲ ਦੀ ਗਵਾਹੀ ਪੂਰੇ ਪਿੰਡ ਵਾਲੇ ਵੀ ਭਰਦੇ ਨੇ। ਪਰ ਬੀਤੇ ਦਿਨੀ ਦੋਹਾਂ ਦੇ ਵਿਚਾਲੇ ਜਦੋਂ ਝਗੜਾ ਹੋਇਆ ਤਾਂ ਕੁੜੀ ਦੇ ਪੇਕੇ ਪਰਿਵਾਰ ਉਸਨੂੰ ਆ ਕੇ ਲੈ ਗਿਆ ਅਤੇ ਨਾਲ ਹੀ ਮੁੰਡੇ ਨੂੰ ਵੀ ਗਲਤ ਬੋਲ ਕੇ ਗਏ, ਜਿਸ ਤੋਂ ਬਾਅਦ ਮੁੰਡੇ ਦੀ ਜਾਨ ਚਲੀ ਗਈ। ਇਸ ਦੇ ਚੱਲਦੇ ਹੋਏ ਪੁਲਿਸ ਦਾ ਵੀ ਕਹਿਣਾ ਸੀ ਕਿ ਮ੍ਰਿਤਕ ਦੀ ਪਤਨੀ, ਉਸਦੀ ਸੱਸ ਅਤੇ ਨਾਨੀ ਦੇ ਖਿਲਾਫ ਇਹ ਮਾਮਲਾ ਦਰਜ ਹੋਇਆ। ਫਿਲਹਾਲ ਕਿਸੇ ਦੀ ਗ੍ਰਿਫਤਾਰੀ ਤਾਂ ਨਹੀਂ ਹੋਈ ਹੈ, ਪਰ ਪੁਲਿਸ ਛਾਪੇਮਾਰੀ ਕਰ ਰਹੀ ਹੈ। 7 ਸਾਲ ਦੇ ਇਸ ਵਿਆਹ ਦੇ ਵਿੱਚ ਪੈਸੇ ਅਤੇ ਵਿਦੇਸ਼ ਜਾਣ ਨੂੰ ਲੈ ਕੇ ਕੁੜੱਤਣ ਸ਼ੁਰੂ ਹੁੰਦੀ ਹੈ। ਕੁੜੀ ਦੇ ਉੱਪਰ ਪੈਸਾ ਮੁੰਡੇ ਵਾਲੇ ਲਗਾ ਰਹੇ ਸਨ, ਆਇਲਸ ਕਰਵਾਈ ਗਈ ਅਤੇ ਉਸ ਤੋਂ ਬਾਅਦ ਹੁਣ ਵਿਦੇਸ਼ ਜਾਣ ਦੇ ਲਈ ਵੀ ਮੁੰਡੇ ਵਾਲੇ ਪੈਸਾ ਖਰਚਣ ਨੂੰ ਤਿਆਰ ਸੀ। ਪਰ ਇਸ ਦੇ ਵਿਚਾਲੇ ਹੀ ਜਦੋਂ ਅਣਬਣ ਸ਼ੁਰੂ ਹੁੰਦੀ ਹੈ ਤਾਂ ਇਹ ਇੰਨੀ ਜ਼ਿਆਦਾ ਵੱਧ ਗਈ ਕਿ ਇਸ ਦੇ ਵਿੱਚ ਕੁੜੀ ਆਪਣੇ ਪੇਕੇ ਘਰ ਚਲੀ ਗਈ ਅਤੇ ਬਾਅਦ ਦੇ ਵਿੱਚ ਦੁਖੀ ਹੋ ਕੇ ਮੁੰਡੇ ਦੀ ਜਾਨ ਚਲੀ ਗਈ। ਇਸ ਮੌਕੇ 'ਤੇ ਪਰਿਵਾਰਕ ਮੈਂਬਰਾਂ ਦਾ ਰੋ ਰੋ ਕੇ ਬੁਰਾ ਹਾਲ ਸੀ ਅਤੇ ਉਹਨਾਂ ਦੇ ਵੱਲੋਂ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ। ਮੁੰਡੇ ਦੀ ਮਾਂ ਦੇ ਵੱਲੋਂ ਇੱਕ ਇੱਕ ਗੱਲ ਦੱਸੀ ਜਾ ਰਹੀ ਹੈ ਅਤੇ ਇਹ ਵੀ ਕਿਹਾ ਗਿਆ ਕਿ ਜੋ ਕੁਛ ਹੋਣਾ ਆਪਣੀ ਨੂੰਹ ਦੇ ਲਈ ਕੀਤਾ ਸੀ ਉਹਨਾਂ ਨੇ ਉਸ ਨੂੰ ਲੈ ਕੇ ਹੀ ਗੱਲ ਵਧਾ ਦਿੱਤੀ ਅਤੇ ਹਾਲਾਤ ਇਹੋ ਜਿਹੇ ਹੋ ਗਏ ਕਿ ਅੱਜ ਉਸਦਾ ਜਵਾਨ ਪੁੱਤ ਇਸ ਦੁਨੀਆਂ ਦੇ ਵਿੱਚ ਨਹੀਂ। ਉਹਨੂੰ ਵਧੀਆ ਸਾਡੇ ਨਾਲ ਰਹਿੰਦੀ ਸੀ। ਬਸ ਜਦੋਂ ਉਹਨਾਂ ਦੇ ਮਾਂ ਪਿਓ ਦੇ ਹੱਥ ਤੇ ਚੜ ਜਾਂਦੀ ਸੀ ਉਦੋਂ ਬਸ ਉਹ ਉਹਨਾਂ ਦੀ ਉਂਗਲ ਤੇ ਚੜ ਕੇ ਉਹਦੀ ਕਹਿੰਦੀ ਸੀ ਮੈਂ ਜਾਣਾ ਵੀ ਗੁਰਪ੍ਰੀਤ ਬਹੁਤ ਵਧੀਆ ਵਧੀਆ ਬੱਚਾ ਸੀ ਸਾਡਾ, ਵਧੀਆ ਸੀ, ਸਾਰਿਆਂ ਨੂੰ ਸਾਡੇ ਪਿੰਡ 'ਚ ਪਤਾ ਕਰਨਾ ਚਾਹੀਦਾ ਵੀ ਕਿਹੋ ਜਿਹਾ ਬੱਚਾ ਸੀ, ਵਧੀਆ ਸੀ, ਠੀਕ ਸੀ। ਪਰ ਉਹਦੀ ਮਾਂ ਅਤੇ ਨਾਨੀ ਨੇ ਉਹਦੇ ਪਿਓ ਨੇ ਉਹਨਾਂ ਨੇ ਨਹੀਂ ਬਸਣ ਦਿੱਤੀ, ਉਹਨਾਂ ਨੂੰ ਸਾਡਾ ਬਾਹਾਂ ਦਿਸਦਾ ਸੀ, ਉਹਨੂੰ ਬਾਹਾਂ ਦੇ ਸਾਡੇ 2 ਕਿੱਲੇ ਖਾ ਗਏ ਸਾਡੇ। ਉਹ ਮੁੰਡੇ ਦਾ ਹੋ ਗਿਆ ਜੀ ਵਿਆਹ ਹੋਇਆ ਸੀਗਾ, ਇੰਨੇ ਸਾਲ ਹੋ ਗਏ ਵਿਆਹ ਨੂੰ, 7 ਸਾਲ ਵਿਆਹ ਕਰਤਾ, ਸਾਰਾ ਕੁਛ ਵਧੀਆ ਹੋ ਗਿਆ ਜੀ। ਰਵਨੀਤ ਕੌਰ ਨਾਲ ਕਰਿਆ ਸੀ ਜੀ ਪਿੰਡ ਉੱਥੋਂ ਹੀ, ਉਦੋਂ ਬਾਅਦ ਮੰਨ ਕੇ ਚੱਲੋ ਆਈ ਲੈਸ ਵੀ ਅਸੀਂ ਕਰਾਇਆ, ਸਾਰਾ ਕੁਛ ਕਰਾਇਆ ਜੀ, ਪੈਸੇ ਲਾਏ ਨੇ, 2 ਕਿੱਲੇ ਵਾਹਣ ਵੀ ਵੇਚੇ ਨੇ ਜੀ ਅਸੀਂ। ਉਦੋਂ ਬਾਅਦ 8 ਲੱਖ ਹੁਣ ਫੇਰ ਭਰਿਆ ਜੀ ਬਾਹਰੇ ਤੋਰਨ ਵਾਸਤੇ, ਹੁਣ ਆ ਸਾਡੇ ਨਾਲ ਮਗਰੋਂ ਘਟਨਾ ਆ ਵਾਪਰ ਕੇ ਤੋਰ ਗਏ ਨਾ ਤਾਂ ਜੀ ਗੱਲ ਮਾੜੀ ਜੀ ਪਿੱਛੇ ਲੈਣ ਆ ਗਏ, ਕਹਿੰਦੇ ਨਹੀਂ ਸਾਨੂੰ ਪੈਸੇ ਦਿਓ, ਹੋਰ ਮੰਗਦੇ ਤੇ ਸਾਥੋਂ ਕਪਾਏ ਲੈਤੀ ਜੀ ਉਹਨਾਂ ਨੇ, ਜਿਹੜੀ ਗੱਲ ਮੇਨ ਆ। 9:30 ਨੂੰ ਸਾਨੂੰ ਸੂਚਨਾ ਮਿਲੀ ਸੀਗੀ ਜਿਹਦੇ ਵਿੱਚ ਉਮੀਦ ਹਸਪਤਾਲ ਸੰਗਰੂਰ ਮੁੰਡਾ ਗੁਰਪ੍ਰੀਤ ਸਿੰਘ ਉਮਰ 24 ਸਾਲ ਜਿਹੜਾ ਦਾਖਲ ਸੀਗਾ,
ਜਿਹਦੀ ਤੜਕੇ 4 ਵਜੇ ਡੈਥ ਹੋ ਗਈ ਸੀਗੀ, ਜਿਹਦੇ ਅਸੀਂ 306/34 IPC FIR ਨੰਬਰ 21 ਅਸੀਂ ਦਰਜ ਕੀਤਾ ਸੀਗਾ। ਇੱਕ ਮੁੰਡੇ ਦੀ ਨਾਨੀ ਅਤੇ ਮੁੰਡੇ ਦੀ ਘਰ ਵਾਲੀ ਅਤੇ ਇੱਕ ਮੁੰਡੇ ਦੀ ਸੱਸ, ਉਹਨਾਂ 'ਤੇ ਅਸੀਂ ਪਰਚਾ ਦੇ ਦਿੱਤਾ। ਅਸੀਂ ਬਹੁਤ ਜਲਦੀ ਜਿਹਦੇ ਵਿੱਚ ਗ੍ਰਿਫਤਾਰੀ ਹੋ ਜੂਗੀ। ਗੁਰਪ੍ਰੀਤ ਦੀ ਘਰ ਵਾਲੀ ਦਾ ਲੜ ਕੇ ਗਈ ਸੀ। ਗੁਰਪ੍ਰੀਤ ਨਾਲ ਮਾੜਾ ਮੋਟਾ ਇੱਥੇ ਗੁੱਸੇ ਗਿੱਲੇ ਹੋਏ ਸੀ, ਅੱਗੇ ਵੀ ਹੋ ਜਾਂਦੇ ਨੇ ਗੁੱਸੇ ਗਿੱਲੇ, ਅੱਗੇ ਵੀ ਵੱਗ ਗਈ ਸਾਲ ਭਰ। ਸਾਲ ਭਰ ਵੱਧ ਸਰਪੰਚ ਅਤੇ ਪਿੰਡ ਦਾ ਮੈਂਬਰ ਸਰਪੰਚ ਸਾਰੇ ਲੈ ਕੇ ਆਏ ਸੀ ਉਹਨੂੰ। ਵਧੀਆ ਸਾਡੇ ਨਾਲ ਰਹਿੰਦੀ ਸੀ। ਬਸ ਜਦੋਂ ਉਹਨਾਂ ਦੇ ਮਾਂ ਪਿਓ ਦੇ ਹੱਥ 'ਤੇ ਚੜ੍ਹ ਜਾਂਦੀ ਸੀ, ਉਦੋਂ ਬਸ ਉਹ ਉਹਨਾਂ ਦੀ ਉਂਗਲ 'ਤੇ ਚੜ੍ਹ ਕੇ ਉਹਦੀ ਕਹਿੰਦੀ ਸੀ ਮੈਂ ਜਾਣਾ ਮੈਂ ਜਾਣਾ ਮੈਂ ਜਾਣਾ। ਵੀ ਗੁਰਪ੍ਰੀਤ ਬਹੁਤ ਵਧੀਆ ਵਧੀਆ ਬੱਚਾ ਸੀ ਸਾਡਾ, ਵਧੀਆ ਸੀ। ਸਾਰਿਆਂ ਨੂੰ ਸਾਡੇ ਪਿੰਡ 'ਚ ਪਤਾ ਕਰਨਾ ਚਾਹੀਦਾ ਵੀ ਕਿਹੋ ਜਿਹਾ ਬੱਚਾ ਸੀ, ਵਧੀਆ ਸੀ ਠੀਕ ਸੀ। ਪਰ ਉਹਦੀ ਮਾਂ ਅਤੇ ਨਾਨੀ ਨੇ ਉਹਦੇ ਪਿਓ ਨੇ ਉਹਨਾਂ ਨੇ ਨਹੀਂ ਬਸਣ ਦਿੱਤੀ। ਉਹਨਾਂ ਨੂੰ ਸਾਡਾ ਬਾਹਾਂ ਦਿਸਦਾ ਸੀ, ਉਹਨੂੰ ਬਾਹਾਂ ਦੇ ਸਾਡੇ 2 ਕਿੱਲੇ ਖਾ ਗਏ ਸਾਡੇ। ਉਹ ਮੁੰਡੇ ਦਾ ਹੋ ਗਿਆ ਜੀ ਵਿਆਹ ਹੋਇਆ ਸੀਗਾ, ਇੰਨੇ ਸਾਲ ਹੋ ਗਏ ਵਿਆਹ ਨੂੰ, 7 ਸਾਲ ਵਿਆਹ ਕਰਤਾ, ਸਾਰਾ ਕੁਛ ਵਧੀਆ ਹੋ ਗਿਆ ਜੀ। ਰਵਨੀਤ ਕੌਰ ਨਾਲ ਕਰਿਆ ਸੀ ਜੀ ਪਿੰਡ ਉੱਥੋਂ ਹੀ। ਉਦੋਂ ਬਾਅਦ ਮੰਨ ਕੇ ਚੱਲੋ ਆਈ ਲੈਸ ਵੀ ਅਸੀਂ ਕਰਾਇਆ, ਸਾਰਾ ਕੁਛ ਕਰਾਇਆ ਜੀ, ਪੈਸੇ ਲਾਏ ਨੇ, 2 ਕਿੱਲੇ ਵਾਹਣ ਵੀ ਵੇਚੇ ਨੇ ਜੀ ਅਸੀਂ। ਉਦੋਂ ਬਾਅਦ 8 ਲੱਖ ਹੁਣ ਫੇਰ ਭਰਿਆ ਜੀ ਬਾਹਰੇ ਤੋਰਨ ਵਾਸਤੇ। ਹੁਣ ਆ ਸਾਡੇ ਨਾਲ ਆ ਮਗਰੋਂ ਘਟਨਾ ਆ ਵਾਪਰ ਕੇ ਤੋਰ ਗਏ ਨਾ, ਤਾਂ ਜੀ ਗੱਲ ਮਾੜੀ ਜੀ ਪਿੱਛੇ ਲੈਣ ਆ ਗਏ, ਕਹਿੰਦੇ ਨਹੀਂ ਸਾਨੂੰ ਪੈਸੇ ਦਿਓ, ਹੋਰ ਮੰਗਦੇ ਤੇ ਸਾਥੋਂ ਕਪਾਏ ਲੈਤੀ ਜੀ ਉਹਨਾਂ ਨੇ, ਜਿਹੜੀ ਗੱਲ ਮੇਨ ਆ। 9:30 ਨੂੰ ਸਾਨੂੰ ਸੂਚਨਾ ਮਿਲੀ ਸੀਗੀ, ਜਿਹਦੇ ਵਿੱਚ ਉਮੀਦ ਹਸਪਤਾਲ ਸੰਗਰੂਰ ਮੁੰਡਾ ਗੁਰਪ੍ਰੀਤ ਸਿੰਘ ਉਮਰ 24 ਸਾਲ ਜਿਹੜਾ ਦਾਖਲ ਸੀਗਾ, ਜਿਹਦੀ ਤੜਕੇ 4 ਵਜੇ ਡੈਥ ਹੋ ਗਈ ਸੀਗੀ, ਜਿਹਦੇ ਅਸੀਂ 306/34 IPC FIR ਨੰਬਰ 21 ਅਸੀਂ ਦਰਜ ਕੀਤਾ ਸੀਗਾ। ਇੱਕ ਮੁੰਡੇ ਦੀ ਨਾਨੀ ਅਤੇ ਮੁੰਡੇ ਦੀ ਘਰ ਵਾਲੀ ਅਤੇ ਇੱਕ ਮੁੰਡੇ ਦੀ ਸੱਸ, ਉਹਨਾਂ 'ਤੇ ਅਸੀਂ ਪਰਚਾ ਦੇ ਦਿੱਤਾ। ਅਸੀਂ ਬਹੁਤ ਜਲਦੀ ਜਿਹਦੇ ਵਿੱਚ ਗ੍ਰਿਫਤਾਰੀ ਹੋ ਜੂਗੀ। ਗੁਰਪ੍ਰੀਤ ਦੀ ਘਰ ਵਾਲੀ ਦਾ ਲੜ ਕੇ ਗਈ ਸੀ। ਗੁਰਪ੍ਰੀਤ ਨਾਲ ਮਾੜਾ ਮੋਟਾ ਇੱਥੇ ਗੁੱਸੇ ਗਿੱਲੇ ਹੋਏ ਸੀ, ਅੱਗੇ ਵੀ ਹੋ ਜਾਂਦੇ ਨੇ ਗੁੱਸੇ ਗਿੱਲੇ, ਅੱਗੇ ਵੀ ਵੱਗ ਗਈ ਸਾਲ ਭਰ। ਸਾਲ ਭਰ ਵੱਧ ਸਰਪੰਚ ਅਤੇ ਪਿੰਡ ਦਾ ਮੈਂਬਰ ਸਰਪੰਚ ਸਾਰੇ ਲੈ ਕੇ ਆਏ ਸੀ ਉਹਨੂੰ। ਵਧੀਆ ਸਾਡੇ ਨਾਲ ਰਹਿੰਦੀ ਸੀ। ਬਸ ਜਦੋਂ ਉਹਨਾਂ ਦੇ ਮਾਂ ਪਿਓ ਦੇ ਹੱਥ 'ਤੇ ਚੜ੍ਹ ਜਾਂਦੀ ਸੀ, ਉਦੋਂ ਬਸ ਉਹ ਉਹਨਾਂ ਦੀ ਉਂਗਲ 'ਤੇ ਚੜ੍ਹ ਕੇ ਉਹਦੀ ਕਹਿੰਦੀ ਸੀ ਮੈਂ ਜਾਣਾ ਮੈਂ ਜਾਣਾ ਮੈਂ ਜਾਣਾ। ਵੀ ਗੁਰਪ੍ਰੀਤ ਬਹੁਤ ਵਧੀਆ ਵਧੀਆ ਬੱਚਾ ਸੀ ਸਾਡਾ, ਵਧੀਆ ਸੀ। ਸਾਰਿਆਂ ਨੂੰ ਸਾਡੇ ਪਿੰਡ 'ਚ ਪਤਾ ਕਰਨਾ ਚਾਹੀਦਾ ਵੀ ਕਿਹੋ ਜਿਹਾ ਬੱਚਾ ਸੀ, ਵਧੀਆ ਸੀ ਠੀਕ ਸੀ। ਪਰ ਉਹਦੀ ਮਾਂ ਅਤੇ ਨਾਨੀ ਨੇ ਉਹਦੇ ਪਿਓ ਨੇ ਉਹਨਾਂ ਨੇ ਨਹੀਂ ਬਸਣ ਦਿੱਤੀ। ਉਹਨਾਂ ਨੂੰ ਸਾਡਾ ਬਾਹਾਂ ਦਿਸਦਾ ਸੀ, ਉਹਨੂੰ ਬਾਹਾਂ ਦੇ ਸਾਡੇ 2 ਕਿੱਲੇ ਖਾ ਗਏ ਸਾਡੇ। ਉਹ ਮੁੰਡੇ ਦਾ ਹੋ ਗਿਆ ਜੀ ਵਿਆਹ ਹੋਇਆ ਸੀਗਾ, ਇੰਨੇ ਸਾਲ ਹੋ ਗਏ ਵਿਆਹ ਨੂੰ, 7 ਸਾਲ ਵਿਆਹ ਕਰਤਾ, ਸਾਰਾ ਕੁਛ ਵਧੀਆ ਹੋ ਗਿਆ ਜੀ। ਰਵਨੀਤ ਕੌਰ ਨਾਲ ਕਰਿਆ ਸੀ ਜੀ ਪਿੰਡ ਉੱਥੋਂ ਹੀ। ਉਦੋਂ ਬਾਅਦ ਮੰਨ ਕੇ ਚੱਲੋ ਆਈ ਲੈਸ ਵੀ ਅਸੀਂ ਕਰਾਇਆ, ਸਾਰਾ ਕੁਛ ਕਰਾਇਆ ਜੀ, ਪੈਸੇ ਲਾਏ ਨੇ, 2 ਕਿੱਲੇ ਵਾਹਣ ਵੀ ਵੇਚੇ ਨੇ ਜੀ ਅਸੀਂ। ਉਦੋਂ ਬਾਅਦ 8 ਲੱਖ ਹੁਣ ਫੇਰ ਭਰਿਆ ਜੀ ਬਾਹਰੇ ਤੋਰਨ ਵਾਸਤੇ। ਹੁਣ ਆ ਸਾਡੇ ਨਾਲ ਆ ਮਗਰੋਂ ਘਟਨਾ ਆ ਵਾਪਰ ਕੇ ਤੋਰ ਗਏ ਨਾ, ਤਾਂ ਜੀ ਗੱਲ ਮਾੜੀ ਜੀ ਪਿੱਛੇ ਲੈਣ ਆ ਗਏ, ਕਹਿੰਦੇ ਨਹੀਂ ਸਾਨੂੰ ਪੈਸੇ ਦਿਓ, ਹੋਰ ਮੰਗਦੇ ਤੇ ਸਾਥੋਂ ਕਪਾਏ ਲੈਤੀ ਜੀ ਉਹਨਾਂ ਨੇ, ਜਿਹੜੀ ਗੱਲ ਮੇਨ ਆ। 9:30 ਨੂੰ ਸਾਨੂੰ ਸੂਚਨਾ ਮਿਲੀ ਸੀਗੀ, ਜਿਹਦੇ ਵਿੱਚ ਉਮੀਦ ਹਸਪਤਾਲ ਸੰਗਰੂਰ ਮੁੰਡਾ ਗੁਰਪ੍ਰੀਤ ਸਿੰਘ ਉਮਰ 24 ਸਾਲ ਜਿਹੜਾ ਦਾਖਲ ਸੀਗਾ, ਜਿਹਦੀ ਤੜਕੇ 4 ਵਜੇ ਡੈਥ ਹੋ ਗਈ ਸੀਗੀ, ਜਿਹਦੇ ਅਸੀਂ 306/34 IPC FIR ਨੰਬਰ 21 ਅਸੀਂ ਦਰਜ ਕੀਤਾ ਸੀਗਾ। ਇੱਕ ਮੁੰਡੇ ਦੀ ਨਾਨੀ ਅਤੇ ਮੁੰਡੇ ਦੀ ਘਰ ਵਾਲੀ ਅਤੇ ਇੱਕ ਮੁੰਡੇ ਦੀ ਸੱਸ, ਉਹਨਾਂ 'ਤੇ ਅਸੀਂ ਪਰਚਾ ਦੇ ਦਿੱਤਾ। ਅਸੀਂ ਬਹੁਤ ਜਲਦੀ ਜਿਹਦੇ ਵਿੱਚ ਗ੍ਰਿਫਤਾਰੀ ਹੋ ਜੂਗੀ।